ਸਤਿ ਸ਼੍ਰੀ ਅਕਾਲ ਜੀ। ਜਸ ਪੰਜਾਬੀ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ ਅਤੇ ਮੈਂ ਹਾਂ ਮਨਿੰਦਰ ਕੌਰ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਮੀਡੀਆ ਨੂੰ ਸੰਬੋਧਿਤ ਕੀਤਾ ਗਿਆ ਅਤੇ ਕੀ ਕੁਛ ਕਿਹਾ ਗਿਆ, ਆਓ ਸੁਣਦੇ ਹਾਂ। ਜੋ ਰਾਹੁਲ ਗਾਂਧੀ ਸਾਹਿਬ ਨੇ ਵਿਦੇਸ਼ ਦੇ ਵਿੱਚ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚਿੰਤਾ ਪ੍ਰਗਟਾਈ ਔਰ ਬੀਜੇਪੀ 'ਤੇ ਸਵਾਲ ਖੜੇ ਕੀਤੇ, ਉਹ ਗੱਲ ਠੀਕ ਹੈ। ਪਰ ਅਗਰ 70 ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ ਜਿਹੜੀਆਂ ਕੇਂਦਰ 'ਚ ਰਾਜ ਕਰਦੀਆਂ ਧਿਰਾਂ ਨੇ, ਕਿਉਂਕਿ ਦੋ ਹੀ ਨੇ, ਕਾਂਗਰਸ ਹੈ ਜਾਂ ਬੀਜੇਪੀ ਹੈ, ਇਹ ਘੱਟ ਗਿਣਤੀਆਂ 'ਚ ਵਿਸ਼ਵਾਸ ਨਹੀਂ ਜਗਾ ਪਾ ਰਹੀਆਂ, ਤਾਂ ਕਸੂਰ ਦੋਹਾਂ ਦਾ। ਰਾਜ ਕਰਦੀ ਧਿਰਾਂ 'ਚ ਬੀਜੇਪੀ ਹੈ, ਸਵਾਲ ਉਹਨੂੰ ਹੋਣਾ ਹੀ ਹੋਣਾ ਹੈ, ਕਿਉਂਕਿ ਗੁਰਧਾਮਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ, ਚਾਹੇ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਨਾਂਦੇੜ ਸਾਹਿਬ ਦੀ ਕਮੇਟੀ ਹੋਵੇ, ਪਟਨਾ ਸਾਹਿਬ ਦੀ ਕਮੇਟੀ ਹੋਵੇ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣੇ 'ਚ ਤੋੜਨ ਦੀ ਕੋਸ਼ਿਸ਼ ਹੋ। ਪਰ ਕੀ ਕਾਂਗਰਸ ਦਾ ਇਤਿਹਾਸ ਬਹੁਤ ਚੰਗਾ? ਰਾਹੁਲ ਗਾਂਧੀ ਸਾਹਿਬ ਹੋਣ ਜਾਂ ਇਹਨਾਂ ਦੇ ਪੰਜਾਬ ਦੇ ਲੀਡਰ ਜਿਹੜੇ ਅੱਜ ਹੁੱਬ ਕੇ ਸਾਹਮਣੇ ਆਏ ਨੇ, ਚਰਨਜੀਤ ਚੰਨੀ, ਸੁੱਖੀ ਰੰਧਾਵਾ, ਰਾਜਾ ਵੜਿੰਗ, ਕਹਿੰਦੇ ਜੀ ਰਾਹੁਲ ਗਾਂਧੀ ਸਾਹਿਬ ਨੇ ਤਾਂ ਬਹੁਤ ਵਧੀਆ ਗੱਲ ਕਰ। ਮੈਂ ਪੁੱਛਣਾ ਚਾਹੁੰਦਾ ਕਿ ਰਾਹੁਲ ਗਾਂਧੀ ਨੂੰ ਕਦੇ ਸਵਾਲ ਕੀਤਾ ਕਿ ਭਾਈ ਜਿਹੜੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਤੇ ਮਾਕਨ, ਜਿਹੜੇ ਕਿ ਸਿੱਖਾਂ ਨੂੰ ਕੋਹ ਕੋਹ ਕੇ ਮਾਰਨ ਦੇ ਦੋਸ਼ੀ ਨੇ, 84 'ਚ ਗਲਾਂ 'ਚ ਬਲ ਦੇ ਟਹਿਰ ਪਾਉਣ ਦੇ ਦੋਸ਼ੀ ਨੇ, ਉਹਨਾਂ ਬਾਰੇ ਰਾਹੁਲ ਗਾਂਧੀ ਨੇ ਕੀ ਕਹਿਣਾ? ਕਿਉਂਕਿ ਉਹ ਤਾਂ ਅੱਜ ਵੀ ਕਾਂਗਰਸ ਦਾ ਹਿੱਸਾ ਨੇ। ਚੰਨੀ ਸਾਹਿਬ ਉਹਦੇ ਤਾਂ ਸਵਾਲ ਖੜਾ ਨਹੀਂ ਕਰਦੇ। ਚੰਨੀ ਸਾਹਿਬ ਕਹਿੰਦੇ ਜੀ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਹ ਤਾਂ ਬੀਜੇਪੀ ਦੇ ਦਬਾਅ 'ਚ ਕਰਤਾ। MP ਕਿੰਨੇ ਸੀ ਉਦੋਂ ਬੀਜੇਪੀ 'ਚ? ਤੇ ਕਾਂਗਰਸ ਨਿਆਣੀ ਸੀ, ਤੇ ਤੁਹਾਡੀ ਆਇਰਨ ਲੇਡੀ ਜਿਹਨੂੰ ਕਹਿੰਦੇ ਹੋ, ਤੁਹਾਡੇ ਅੱਜ ਦੇ ਮੌਜੂਦਾ ਪ੍ਰਧਾਨ ਟੀ-ਸ਼ਰਟ ਪਾ ਕੇ ਘੁੰਮਦੇ ਆ, ਮਾਂ ਤੁਝੇ ਸਲਾਮ, ਉਹ ਬਰੀ ਹੈ ਫਿਰ? ਮਤਲਬ ਬੀਜੇਪੀ ਨੇ ਗਲਤ ਕੰਮ ਕਰਨ ਨੂੰ ਕਿਹਾ ਤੇ ਕਾਂਗਰਸ ਨੇ ਗਲਤ ਕੰਮ ਕਰਤਾ, ਤੇ ਕਾਂਗਰਸ ਨੇ ਬੀਜੇਪੀ ਦੇ ਪ੍ਰੈਸ਼ਰ 'ਚ ਕਰਤਾ, ਇਸ ਲਈ ਕਾਂਗਰਸ ਨੂੰ ਬਰੀ ਕਰ ਦਈਏ? ਹੁਕਮ ਇੰਦਰਾ ਗਾਂਧੀ ਦੇ ਸੀ, ਜਿਹੜੇ ਟੈਂਕਾਂ ਤੋਪਾਂ ਨਾਲ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਚੰਨੀ ਸਾਹਿਬ, ਉਹ ਹੁਕਮ ਇੰਦਰਾ ਗਾਂਧੀ ਦੇ ਸੀ। ਤੇ ਉਸ ਤੋਂ ਬਾਅਦ ਜਿਹੜਾ 84 ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਜਾ ਕੇ ਸਿੱਖਾਂ ਨੂੰ ਮਾਰਿਆ, ਉਹ ਹੁਕਮ ਰਾਜੀਵ ਗਾਂਧੀ ਦਾ ਸੀ, ਤੇ ਹੁਕਮ ਨੂੰ ਜਸਟੀਫਾਈ ਕੀਤਾ ਕਿ ਭਾਈ ਵੱਡਾ ਦਰਖਤ ਗਿਰਦਾ ਧਰਤੀ ਹਿਲਦੀ ਹੈ। ਕਦੇ ਜਾ ਕੇ ਦੇਖੋ ਜਿਹੜੇ 84 ਦੇ ਪੀੜਤ ਬਾਦਲ ਸਾਹਿਬ ਨੇ ਉਰੇ ਲਿਆ ਕੇ ਵਸਾਏ ਨੇ, ਉਹਨਾਂ ਦੇ ਨਾਲ ਇੱਕ ਦਿਨ ਕੱਟ ਕੇ ਦੇਖੋ, ਤੁਹਾਨੂੰ ਸਮਝ ਆਜੂਗੀ ਕਿ ਉਹਨਾਂ ਦਾ ਦਰਦ ਕੀ ਹੈ, ਉਹਦੀ ਤਕਲੀਫ ਕੀ ਹੈ, ਜਦੋਂ ਉਹਨਾਂ ਦੇ ਆਪਣੇ ਉਹਨਾਂ ਦੇ ਸਾਹਮਣੇ ਸਾੜ ਕੇ ਮਾਰ ਦਿੱਤੇ ਗਏ। ਉਹ ਤੋਂ ਬਾਅਦ ਆ ਕੇ ਜਸਟੀਫਾਈ ਕਰਿਓ ਜਿਹਨੂੰ ਕਰੋ, ਤੇ ਉਹ ਤੁਹਾਡੇ ਲਿਫਾਫੇ ਵਾਲੇ ਪ੍ਰਧਾਨ ਰਾਜਾ ਵੜਿੰਗ ਸਾਹਿਬ, ਕਿਉਂਕਿ ਦਿੱਲੀਓਂ ਲਿਫਾਫਾ ਆ ਕੇ ਪ੍ਰਧਾਨ ਲੱਗ ਗਏ, ਕਾਂਗਰਸ ਦੀਆਂ ਮਿਹਰਬਾਨੀਆਂ ਨੇ, ਕਦੇ MP ਬਣਾਤਾ, ਕਦੇ MLA ਬਣਾਤਾ, ਇਹ ਕੁਛ ਤਾਂ ਅੰਗਰੇਜ਼ਾਂ ਨੇ ਵੀ ਬਹੁਤ ਦਿੱਤਾ ਸੀ, ਜਿਹੜੇ ਦੇਸ਼ ਨਾਲ ਗੱਦਾਰੀ ਕਰਦੇ ਸੀ, ਉਹਨਾਂ ਨੂੰ ਵੀ ਬਥੇਰੀਆਂ ਵੱਡੀਆਂ ਵੱਡੀਆਂ ਜਗੀਰਦਾਰੀਆਂ ਮਿਲੀਆਂ। ਪਰ ਨਾ, ਅੱਜ ਵੀ ਸੱਚੇ ਦੇਸ਼ ਭਗਤਾਂ ਦਾ ਹੀ ਵੱਜਦਾ ਹੈ, ਯਾਦ ਅੱਜ ਵੀ ਸਾਡੇ ਹੀਰੋ ਅੱਜ ਵੀ ਊਧਮ ਸਿੰਘ ਤੇ ਭਗਤ ਸਿੰਘ ਨੇ, ਉਹ ਅੰਗਰੇਜ਼ਾਂ ਵਾਲੇ ਜਗੀਰਦਾਰ ਨਹੀਂ, ਜਾਇਦਾਦਾਂ ਬਹੁਤ ਲੈ ਲਈਆਂ, ਪਰ ਇਤਿਹਾਸ ਉਹਨਾਂ ਨੂੰ ਮਾੜਾ ਹੀ ਕਹਿੰਦਾ। ਤੇ ਅੱਜ ਅਗਰ ਕਾਂਗਰਸ ਦੀਆਂ ਟਿਕਟਾਂ ਤੇ ਤੁਸੀਂ ਇਲੈਕਸ਼ਨਾਂ ਲੜਦੇ ਹੋ ਤੇ ਮਾਂ ਤੁਝੇ ਸਲਾਮ ਦੀਆਂ ਟੀ-ਸ਼ਰਟਾਂ ਪਾਉਂਦੇ ਹੋ ਤੇ ਅਕਾਲ ਤਖ਼ਤ ਸਾਹਿਬ ਬਾਰੇ ਮੰਦਾ ਚੰਗਾ ਬੋਲਦੇ ਹੋ, ਤਾਂ ਇਹਦੇ ਨਾਲ ਕਾਂਗਰਸ ਚੰਗੀ ਨਹੀਂ ਹੋ ਜਾਂਦੀ। ਲੋਕ ਸਾਰਾ ਕੁਛ ਦੇਖ ਰਹੇ ਨੇ ਤੇ ਲੋਕ ਇਹਦੀ ਸਜ਼ਾ ਦੇਣਗੇ। ਔਰ ਰਾਜਾ ਵੜਿੰਗ ਨੂੰ ਤਾਂ ਮੈਂ ਅੱਗੇ ਸਵਾਲ ਕਰਦਾ, ਇਹ ਤਾਂ ਪਿੱਛੇ ਜੇ ਡੇਰੇ ਗਏ ਸੀ, ਲੋਕਾਂ ਨੇ ਪੁੱਛਿਆ ਭਾਈ ਡੇਰੇ ਕਿਉਂ ਆਏ ਹੋ, ਕਹਿੰਦੇ ਜਿਵੇਂ ਗੁਰਧਾਮਾਂ 'ਚ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਣ ਚਾਹੀਦਾ, ਮੰਦਿਰ 'ਚ ਆਸ਼ੀਰਵਾਦ ਲੈਣ ਚਾਹੀਦਾ, ਮੈਂ ਡੇਰੇ ਆ ਗਿਆ। ਡੇਰੇ ਜਾਣ ਵਾਲੇ ਲੋਕ, ਡੇਰਾ ਸਾਹਿਬ ਤੋਂ 2007 ਦੇ ਵਿੱਚ ਸਪੋਰਟ ਲੈਣ ਵਾਲੇ ਲੋਕ, 12 'ਚ ਸਪੋਰਟ ਲੈਣ ਵਾਲੇ ਲੋਕ, 17 'ਚ ਸਪੋਰਟ ਲੈਣ ਵਾਲੇ ਲੋਕ, ਇਹ ਹੁਣ ਅਕਾਲ ਤਖ਼ਤ ਸਾਹਿਬ ਨੂੰ ਡਿਕਟੇਟ ਕਰਨਗੇ ਭਾਈ ਤਨਖਾਹੀ ਆ ਕਿਵੇਂ ਕਰਾਰ ਕਰਨਾ, ਕਿੰਨੀ ਚਿਰਲੀ ਕਰਨਾ, ਇਹ ਰਾਜਾ ਵੜਿੰਗ ਨੇ ਦੱਸਣਾ ਅਕਾਲ ਤਖ਼ਤ ਸਾਹਿਬ ਨੂੰ, ਮਾਂ ਤੁਝੇ ਸਲਾਮ ਦੀਆਂ ਟੀ-ਸ਼ਰਟਾਂ ਪਾਉਣ ਵਾਲੇ ਦੱਸਣਾ। ਤੇ ਰਹੀ ਗੱਲ ਸੁੱਖੀ ਰੰਧਾਵਾ ਸਾਹਿਬ ਦੀ, ਉਹ ਸੁੱਖੀ ਰੰਧਾਵਾ ਸਾਹਿਬ ਦਾ ਤਾਂ ਪਰਿਵਾਰ ਉਹ ਹੈ, ਸਰਦਾਰ ਸੰਤੋਖ ਸਿੰਘ ਰੰਧਾਵਾ,
ਜਿਨ੍ਹਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਖੜੇ ਹੋ ਕੇ ਕਿਹਾ ਸੀ ਕਿ ਬਹੁਤ ਚੰਗਾ ਹੋਇਆ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ, ਅਤੇ ਅੱਜ ਇਹ ਲੋਕ ਇਹ ਕਹਿੰਦੇ ਪਤਾ ਨਹੀਂ ਅਸੀਂ ਤਾਂ ਕਿੱਡੇ ਕੁ ਸਿੱਖੀ ਨੂੰ ਪਿਆਰ ਕਰਦੇ ਹਾਂ। ਜੇ ਤੁਹਾਡਾ ਐਡਾ ਹੀ ਪਿਆਰ ਹੁੰਦਾ ਤਾਂ ਦੋ ਵਾਰੀ ਕਾਂਗਰਸ ਦੇ ਰਾਜ 'ਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਪਹਿਲਾਂ ਇੰਦਰਾ ਗਾਂਧੀ ਨੇ ਕੀਤਾ, ਜਿਹੜੀ ਪਾਰਟੀ 'ਚ ਤੁਸੀਂ ਅੱਜ ਤੱਕ ਬੈਠੇ ਹੋ ਚੁੱਪ ਹੋ, ਛੱਡ ਕੇ ਆਓ ਪਾਰਟੀ ਬਾਹਰ ਜੇ ਬਹੁਤ ਜ਼ਿਆਦਾ ਤੁਹਾਡਾ ਗੁਰੂ ਨਾਲ ਪਿਆਰ ਹੈ। ਅਤੇ ਦੂਜਾ ਹਮਲਾ ਚਰਨਜੀਤ ਚੰਨੀ ਮੁੱਖ ਮੰਤਰੀ, ਸੁਖਜਿੰਦਰ ਰੰਧਾਵਾ ਸਾਹਿਬ ਉਪ ਮੁੱਖ ਮੰਤਰੀ ਨਾਲੇ ਹੋਮ ਮਿਨਿਸਟਰ ਉਦੋਂ ਹੋਇਆ, ਅਤੇ ਦਰਬਾਰ ਸਾਹਿਬ 'ਚ ਖੜ ਕੇ ਸਹੁੰ ਖਾਧੀ ਕਿ ਜੀ ਹਫ਼ਤੇ 'ਚ ਦੋਸ਼ੀ ਫੜ ਦਿਆਂਗੇ। ਕਿੱਥੇ ਗਏ ਦੋਸ਼ੀ? ਸੋ ਕਿਰਪਾ ਕਰਕੇ ਬੀਜੇਪੀ ਤਾਂ ਮਾੜੀ ਹੈ, ਉਹ ਤਾਂ ਦਿਖ ਰਹੀ ਹੈ ਲੋਕਾਂ ਨੂੰ, ਉਹ ਤਾਂ ਭਾਰਤ ਨੇ ਪੰਜਾਬ ਨੇ ਵੀ ਉਹਦੇ ਵਿਰੁੱਧ ਅੱਜ ਵੋਟ ਪਾਈ ਹੈ, ਤਾਂ ਹੀ 7 MP ਆ ਗਏ, ਕੋਈ ਕਾਂਗਰਸ ਦੇ ਪਿਆਰ 'ਚ ਨਹੀਂ ਆਏ। ਇਹ ਐਂਟੀ ਮੋਦੀ ਵੇਵ ਸੀ ਜਿਹੜੀ ਕਿ ਇੰਡੀਆ ਬਲੋਕ ਨੂੰ ਚਲੀ ਗਈ। ਪਰ ਤੁਹਾਡੇ ਆਪਣੇ ਕੀ ਕਿਰਦਾਰ ਨੇ? ਜਿਹੜੀ ਪਾਰਟੀ ਨੇ ਪੰਜਾਬ ਦਾ ਨੁਕਸਾਨ ਕੀਤਾ, ਜਿਹੜੀ ਪਾਰਟੀ ਨੇ ਪੰਥ ਦਾ ਕੌਮ ਦਾ ਨੁਕਸਾਨ ਕੀਤਾ, ਉਹਦੇ 'ਚ ਬਹਿ ਕੇ ਸਿੱਖੀ ਦੇ ਲੈਕਚਰ ਕਿਰਪਾ ਕਰਕੇ ਤੁਸੀਂ ਲੋਕ ਨਾ ਦਿਓ। ਪਹਿਲਾਂ ਜਾ ਕੇ ਰਾਹੁਲ ਗਾਂਧੀ ਸਾਹਿਬ ਨਾਲ ਗੱਲ ਕਰਕੇ ਆ ਜਿਹੜੇ ਸਿੱਖ ਕਾਤਲ ਤੁਹਾਡੀ ਪਾਰਟੀ 'ਚ ਬੈਠੇ ਨੇ ਇਹਨਾਂ 'ਤੇ ਕੋਈ ਫੈਸਲਾ ਕਰਾਓ, ਫਿਰ ਆ ਕੇ ਸਾਡੇ ਨਾਲ ਗੱਲ ਕਰਿਓ, ਅਤੇ 84 ਦੇ ਜਿਹੜੇ ਵਿਚਾਰੇ ਉਰੇ ਲਿਆ ਕੇ ਵਸਾਏ ਨੇ ਬਾਦਲ ਸਾਹਿਬ ਨੇ, ਉਹਨਾਂ ਨਾਲ ਜਾ ਕੇ ਗੱਲ ਕਰੋ। ਆ ਵੇਚੋ ਆਪਣਾ ਜਿਹੜਾ ਕਾਂਗਰਸ ਦਾ ਦਿੱਲੀ ਵਾਲਾ ਦਫ਼ਤਰ ਹੈ ਅਤੇ ਪੰਜਾਬ ਵਾਲਾ ਦਫ਼ਤਰ ਹੈ, ਲਵਾਓ ਉਹਨਾਂ ਦੇ ਨਾਂ, ਜਿਨ੍ਹਾਂ ਦੀ ਜ਼ਿੰਦਗੀਆਂ ਤੁਹਾਡੇ ਲੀਡਰਾਂ ਕਰਕੇ ਬਦਨਾਮ ਬਰਬਾਦ ਹੋ ਗਈਆਂ, ਲਵਾਓ ਉਹਨਾਂ ਦੇ ਨਾਂ ਜਾ ਕੇ, ਫਿਰ ਪਤਾ ਲੱਗੂ ਤੁਸੀਂ ਕਿੱਡੇ ਕੁ ਸਿੱਖ ਭਗਤ ਹੋ, ਤੁਹਾਡੇ ਕਿੱਡਾ ਕੁ ਸਿੱਖੀ 'ਚ ਵਿਸ਼ਵਾਸ ਹੈ, ਤੁਸੀਂ ਕਿੱਡਾ ਕੁ ਕੌਮ ਦੇ ਪਿੱਛੇ ਖੜ੍ਹਦੇ ਹੋ।